ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾਰੀਆਂ ਨੇ ਤੇ ਇਸ ਦੇ ਲਈ ਭਲਕੇ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਪੂਰੀ ਤਿਆਰੀ ਕਰ ਲਈ ਗਈ ਹੈ। ਦੱਸ ਦਈਏ ਕਿ ਪੰਜਾਬ ਦੇ 2,12,71,246 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਤਾਂ 2,12,71,246 ਵੋਟਰ ਨੇ ਜਿਹੜੇ ਲੋਕ ਸਭਾ ਦੀਆਂ 13 ਸੀਟਾਂ 'ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਮਰਦ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ 1,11,92,959 ਮਰਦ ਵੋਟਰ ਨੇ ਅਤੇ 1,77,543 ਔਰਤ ਵੋਟਰਾਂ ਦੀ ਗਿਣਤੀ ਹੈ। ਟਰਾਂਸਜੈਂਡਰਾਂ ਦੀ ਗਿਣਤੀ 744 ਹੈ ਜਿਹੜੇ ਆਪਣੇ ਮਤ ਦਾ ਦਾਨ ਕਰਨਗੇ ਅਤੇ 13 ਸੀਟਾਂ ਲਈ 24,433 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਤਾਂ ਦੇਸ਼ ਭਰ ਦੇ ਵਿੱਚ ਭਲਕੇ ਚੋਣ ਜ਼ਾਬਤਾ ਲੱਗ ਜਾਵੇਗਾ। ਦੱਸ ਦਈਏ ਕਿ ਚੋਣ ਜ਼ਾਬਤਾ ਲੱਗ ਜਾਵੇਗਾ ਭਲਕੇ ਤੋਂ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ 8 ਗੇੜਾਂ ਦੇ ਵਿੱਚ ਜਿਹੜੀਆਂ ਨੇ ਵੋਟਿੰਗ ਦੀ ਪ੍ਰਕਿਰਿਆ ਮੁਕੰਮਲ ਹੋਵੇਗੀ। ਇਹ ਦੇਖਣਾ ਹੋਵੇਗਾ ਕਿ ਪੰਜਾਬ ਦੀ ਵਾਰੀ ਕਦੋਂ ਆਉਂਦੀ ਹੈ, ਕਿਹੜੇ ਗੇੜ ਦੇ ਵਿੱਚ ਪੰਜਾਬ ਦੀਆਂ ਵੋਟਾਂ ਪੈਂਦੀਆਂ ਨੇ। ਪੰਜਾਬ ਦੀਆਂ 13 ਸੀਟਾਂ ਨੇ ਲੋਕ ਸਭਾ ਚੋਣਾਂ ਦੇ ਲਈ। ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ ਅਤੇ 2,12,00,000 ਵੋਟਰਾਂ ਦੇ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਣਾ ਹੈ। ਹਾਲਾਂਕਿ ਇਸੇ ਦੇ ਦਰਮਿਆਨ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ, ਚਾਹੇ ਉਹ ਰਾਜ ਕੁਮਾਰ ਚੱਬੇਵਾਲ ਦੇ ਰੂਪ ਦੇ ਵਿੱਚ ਹੋਵੇ। ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਪਿਛਲੇ ਦਿਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਸਾਬਕਾ ਵਿਧਾਇਕ ਕਾਂਗਰਸ ਦੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਤਾਂ ਲਗਾਤਾਰ ਦਲ ਬਦਲੀਆਂ ਵੀ ਜਾਰੀ ਨੇ ਅਤੇ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਵੀ ਐਲਾਨ ਹੋ ਸਕਦਾ। ਪਰ ਦੂਜੇ ਪਾਸੇ ਚੋਣ ਕਮਿਸ਼ਨ ਦੇ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਭਲਕੇ 3 ਵਜੇ ਪ੍ਰੈਸ ਕਾਨਫਰੰਸ ਹੋਵੇਗੀ, ਉਦੋਂ ਹੀ ਚੋਣ ਜ਼ਾਬਤਾ ਜਿਹੜਾ ਹੈ ਉਹ ਲੱਗ ਜਾਵੇਗਾ ਦੇਸ਼ ਭਰ ਦੇ ਵਿੱਚ। ਉਸ ਤੋਂ ਬਾਅਦ ਕੋਈ ਵੀ ਸਰਕਾਰ ਜਿਹੜੀ ਹੈ ਕਿਸੇ ਵੀ ਸੂਬੇ ਦੀ ਜਾਂ ਦੇਸ਼ ਦੀ ਕੋਈ ਵੀ ਐਲਾਨ ਜਿਹੜਾ ਉਹ ਨਵਾਂ ਨਹੀਂ ਕਰ ਸਕੇਗੀ, ਕੋਈ ਵੀ ਫੈਸਲਾ ਨਵਾਂ ਨਹੀਂ ਲੈ ਸਕੇਗੀ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਾਲ ਨਾਲ ਵਿਧਾਨ ਸਭਾ ਦੀਆਂ ਚੋਣਾਂ ਦਾ ਵੀ ਤਰੀਕਾਂ ਦਾ ਵੀ ਐਲਾਨ ਹੋਏਗਾ ਅਤੇ ਇਹ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਨੇ ਉਸ ਦੇ ਵਿੱਚ ਕਿਹੜੀ ਕਿਹੜੀਆਂ ਸਟੇਟਸ ਨੇ, ਉਸ ਦੇ ਵਿੱਚ ਓਡੀਸ਼ਾ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਲੋਕ ਸਭਾ ਚੋਣਾਂ ਦੇ ਨਾਲ ਹੀ ਓਡੀਸ਼ਾ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਤਾਂ 2024 ਦੇ ਲਈ ਚੋਣ ਕਮਿਸ਼ਨ ਇਲੈਕਸ਼ਨ ਕਰਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਪੰਜਾਬ ਦੇ ਵਿੱਚ ਵੀ ਪੂਰੀ ਤਿਆਰੀ ਕਰ ਲਈ ਗਈ ਹੈ। ਪੰਜਾਬ ਦੇ 2,12,00,000 ਵੋਟਰ ਪੰਜਾਬ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 13 ਸੀਟਾਂ ਨੇ ਪੰਜਾਬ ਦੇ ਵਿੱਚ। ਦੱਸ ਦਈਏ ਕਿ ਜੇਕਰ ਹੁਣ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ MP ਨੇ ਅਤੇ ਅਕਾਲੀ ਦਲ ਦੇ 2 MP ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ, ਜਦਕਿ ਭਾਜਪਾ ਦੇ ਵੀ 2 MP ਨੇ ਸੋਮ ਪ੍ਰਕਾਸ਼ ਅਤੇ ਸਨੀ ਦਿਓਲ ਅਤੇ ਕਾਂਗਰਸ ਕੋਲ ਇਸ ਵੇਲੇ 7 ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਕੋਲ 1 ਸੁਸ਼ੀਲ ਕੁਮਾਰ ਰਿੰਕੂ ਦੇ ਰੂਪ ਦੇ ਵਿੱਚ ਅਤੇ 7 ਜਿਹੜੀਆਂ ਸੀਟਾਂ ਨੇ ਉਹ ਕਾਂਗਰਸ ਦੇ ਕੋਲ ਨੇ, ਜਦਕਿ ਪਹਿਲਾਂ ਕਾਂਗਰਸ ਕੋਲ 8 ਸੀ ਕਿਉਂਕਿ ਜਿਹੜੇ ਚੌਧਰੀ ਸੰਤੋਖ ਸਿੰਘ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ, ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਉੱਥੇ ਚੁਣੇ ਗਏ। ਆਮ ਆਦਮੀ ਪਾਰਟੀ ਪਹਿਲਾਂ ਸੰਗਰੂਰ ਤੋਂ ਜਿੱਤੀ ਸੀ, ਉੱਥੇ ਸਿਮਰਨਜੀਤ ਸਿੰਘ ਮਾਨ ਜ਼ਿਮਨੀ ਚੋਣ 'ਚ ਜਿੱਤੇ, ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਤਾਂ ਆਮ ਆਦਮੀ ਪਾਰਟੀ ਕੋਲ 1 ਸੀਟ ਹੈ। ਹੁਣ ਦੇਖਣਾ ਹੋਏਗਾ ਕਿ ਜਿਹੜਾ ਹੁਣ ਮੁਕਾਬਲਾ ਹੋਏਗਾ ਉਸ ਦੇ ਵਿੱਚ ਕੌਣ ਬਾਜ਼ੀ ਮਾਰਦਾ, ਕਿਹੜੀ ਪਾਰਟੀ ਜੇਤੂ ਰਹਿੰਦੀ ਹੈ
ਹਾਲਾਂਕਿ ਅਕਾਲੀ ਦਲ ਅਤੇ ਬੀਜੇਪੀ ਕੀ ਇਕੱਠੇ ਚੋਣਾਂ ਲੜਦੇ ਨੇ ਜਾਂ ਫਿਰ ਅਲੱਗ ਅਲੱਗ, ਅਤੇ ਇਸੇ ਦੇ ਦੌਰਾਨ ਜਿਹੜੀਆਂ ਘਰ ਵਾਪਸੀ ਦਾ ਸਿਲਸਿਲਾ ਵੀ ਜਾਰੀ ਹੈ, ਜਿੱਥੇ ਬੀਬੀ ਜਗੀਰ ਕੌਰ ਦੁਬਾਰਾ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਸੁਖਦੇਵ ਸਿੰਘ ਢੀਂਡਸਾ ਦੁਬਾਰਾ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਉੱਥੇ ਪ੍ਰਨੀਤ ਕੌਰ ਜਿਹੜੇ 4 ਵਾਰ ਦੇ ਸਾਂਸਦ ਨੇ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਨੇ, ਅਤੇ ਉਹਨਾਂ ਦੀ ਚਰਚਾ ਵੀ ਹੈ ਕਿ ਭਾਜਪਾ ਦੀ ਟਿਕਟ 'ਤੇ ਹੀ ਪਟਿਆਲਾ ਤੋਂ ਚੋਣ ਲੜਨਗੇ। ਤਾਂ ਕਾਫੀ ਦਿਲਚਸਪ ਹੋਵੇਗਾ ਇਸ ਵਾਰ ਦਾ ਮੁਕਾਬਲਾ, 2 ਸਾਲ ਦੀ ਕਾਰਗੁਜ਼ਾਰੀ ਵੀ ਦੇਖੀ ਜਾਵੇਗੀ ਪੰਜਾਬ ਦੀ ਸਰਕਾਰ ਦੀ, ਅਤੇ ਦੂਜੇ ਪਾਸੇ ਕੇਂਦਰ ਸਰਕਾਰ ਜਿਹਨਾਂ ਮੁੱਦਿਆਂ 'ਤੇ ਚੋਣ ਲੜ ਰਹੀ ਹੈ ਉਹ ਵੀ ਦੇਖੇ ਜਾਣਗੇ, ਚਾਹੇ ਉਹ ਰਾਮ ਮੰਦਿਰ ਦਾ ਮੁੱਦਾ ਏ ਅਤੇ ਚਾਹੇ CAA ਦਾ ਮੁੱਦਾ ਏ ਅਤੇ ਚਾਹੇ ਪੈਟਰੋਲ ਡੀਜ਼ਲ ਦੀ ਕੀਮਤਾਂ ਘਟਾਈਆਂ ਗਈਆਂ ਨੇ, ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ, ਮਹਿੰਗਾਈ ਜਿਹੜੀ ਹੈ ਕਿੰਨੀ ਵਧੀ ਹੈ ਉਸ 'ਤੇ ਵੀ, ਰੁਜ਼ਗਾਰ ਦਾ ਵੀ ਮੁੱਦਾ ਰਹੇਗਾ, ਬਹੁਤ ਸਾਰੇ ਮੁੱਦੇ ਨੇ ਦੇਸ਼ ਦੇ ਵਿੱਚ। ਅਤੇ ਪੰਜਾਬ ਦੇ ਵਿੱਚ ਕੀ ਪੰਜਾਬ ਸੈਂਟ੍ਰਿਕ ਰਹੇਗੀ ਇਲੈਕਸ਼ਨ, ਕਿਉਂਕਿ 5 ਮੰਤਰੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰ ਦਿੱਤੇ ਗਏ ਨੇ ਇਸ ਇਲੈਕਸ਼ਨ ਦੇ ਵਿੱਚ, ਚਾਹੇ ਉਹ ਗੁਰਮੀਤ ਸਿੰਘ ਮੀਤਹੇਅਰ ਹੋਣ ਜਿਹੜੇ ਖੇਡ ਮੰਤਰੀ ਨੇ, ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ, ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਨੂੰ NRI ਮਿਨਿਸਟਰ ਅੰਮ੍ਰਿਤਸਰ ਤੋਂ ਟਿਕਟ ਦੇ ਦਿੱਤੀ ਗਈ ਹੈ, ਟਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ ਹੈ, ਗੁਰਮੀਤ ਸਿੰਘ ਖੁੱਟੀਆਂ ਖੇਤੀ ਮੰਤਰੀ ਉਹਨਾਂ ਨੂੰ ਬਠਿੰਡਾ ਤੋਂ ਟਿਕਟ ਦੇ ਦਿੱਤੀ ਗਈ ਹੈ। ਅਤੇ ਦੱਸ ਦਈਏ ਕਿ ਇਸ ਤਰ੍ਹਾਂ ਜਿਹੜੇ ਮੰਤਰੀ ਨੇ ਮੀਤਹੇਅਰ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ, ਹਾਲਾਂਕਿ ਕਰਮਜੀਤ ਅਨਮੁੱਲ ਫਰੀਦਕੋਟ ਤੋਂ ਚੋਣ ਲੜਨਗੇ। ਤਾਂ ਹੁਣ ਰਾਜਕੁਮਾਰ ਚੱਬੇਵਾਲ, ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੁਸ਼ਿਆਰਪੁਰ ਤੋਂ ਚੋਣ ਲੜਨ ਦੀ ਚਰਚਾ ਏ। ਤਾਂ ਇਸ ਢੰਗ ਦੇ ਨਾਲ 5 ਮੰਤਰੀ ਉਤਾਰੇ ਗਏ ਨੇ, ਦੂਜੇ ਪਾਸੇ ਅਕਾਲੀ ਦਲ ਅਤੇ ਕਾਂਗਰਸ ਦੀ ਲਿਸਟ ਹਾਲੇ ਆਉਣਾ ਬਾਕੀ ਹੈ, ਮੰਥਨ ਚੱਲ ਰਿਹਾ ਹੈ, ਜਲਦੀ ਵੀ ਉਹਨਾਂ ਦੀ ਲਿਸਟ ਆਏਗੀ। ਤਾਂ ਪੰਜਾਬ ਦੇ ਵਿੱਚ ਵੀ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ, ਅਤੇ ਪੰਜਾਬ ਦੇ ਜਿਵੇਂ ਮੈਂ ਦੱਸਿਆ ਏ ਕਿ ਜਿਹੜੇ 2 ਕਰੋੜ ਵੋਟਰ ਨੇ, 2,12,71,246 ਵੋਟਰ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਅਤੇ ਲੋਕ ਸਭਾ ਚੋਣਾਂ ਦੇ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ, ਅਤੇ ਉਸ ਦੇ ਵੱਲੋਂ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਤੈਨਾਤ ਕਰ ਦਿੱਤੀਆਂ ਗਈਆਂ ਨੇ। ਭਲਕੇ 3 ਵਜੇ ਜਾਣੀ ਕਿ ਸ਼ਨੀਵਾਰ ਵਾਲੇ ਦਿਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ, ਜਿਸ ਦੌਰਾਨ ਤਾਰੀਖਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਜਾਵੇਗਾ। ਤਾਂ ਦੇਖਣਾ ਹੋਏਗਾ ਹੁਣ ਕਿਹੜੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਮਾਰਦੀ ਹੈ।